ਅਮਰਪਾਲ ਆ ਗਿਆ ਉਹ ਤੋਂ ਬਾਅਦ ਕੋਸ਼ਕ ਕੜਮ ਚੌਧਰੀ ਵਿੱਚ ਐਵੇਂ ਹੀ ਬੈਠੇ ਉਹਨਾਂ ਨਾਲ ਜਿਉ ਸੀ ਉਦੋਂ ਸੀ ਉਦਾਂ ਦੀ ਪਾਤੀਆਂ ਵੀਡੀਓ ਉਹ ਵੀਡੀਓ ਪਾਉਣ ਨਾਲ ਹੋਰ ਹਿੱਟ ਹੋ ਗਿਆ ਇਹ ਜਿਹੜੇ ਐਂਟੀ ਪਾ ਰਿਹਾ ਇਹ ਵੀ ਇੱਕ ਪੌੜੀ ਦਾ ਕੰਮ ਹੀ ਕਰ ਰਿਹਾ ਵਧੀਆ ਕੰਮ ਕਰ ਰਿਹਾ 네ਗੇਟਿਵ ਪੋਜੀਟਿਵ ਨਾਲ ਬਿਜਲੀ ਚੱਲਦੀ ਹੈ ਵਧੀਆ ਹੋ ਰਿਹਾ ਜੋਰ ਆ ਉਹਨਾਂ ਨੇ ਪਾਤਾ ਜਦੋਂ ਉਹਨਾਂ ਨੇ ਪਾਇਆ ਨਾ ਤੇ ਉਹ ਕੰਮ ਹੋਰ ਵੱਧ ਗਿਆ ਉਹ ਜਦੋਂ ਅਮਰਪਾਲ ਸਿੰਘ ਨੇ ਇਹ ਗੱਲ ਕਹਿਦੀ ਵੀ ਗੁਰੂ ਨੂੰ ਸੀਸ ਭੇਡ ਕਰਦੇ ਆ ਸੀਸ ਚਾਹੀਦੇ ਵੀ ਗੁਰੂ ਨੇ ਸੀਸ ਮੰਗੇ ਸੀ ਦੰਦਪੁਰ ਘਰੇ ਵੜਜੋ ਤਾਂ ਇੱਕ ਲਹਿਰ ਖੜੀ ਹੋ ਗਈ ਵੀ ਇਹ ਤਾਂ ਪਤਾ ਨਹੀਂ ਕਿੱਦਾਂ ਵੇ ਇੱਕ ਸੀਸ ਮੰਗ ਲੈ ਕੀ ਕਰ ਲਿਆ ਹਨਾ ਉਹ ਜਦੋਂ ਇਹ ਗੱਲ ਬਣੀ ਤੇ ਇੱਕ ਲਹਿਰ ਬਣੀ ਇੱਕੇ ਦਮ ਤੇ ਉਹਦੇ ਚ ਨੌਜਵਾਨਾਂ ਚ ਹੜਾ ਆ ਗਿਆ ਮਰ ਜੀਵਣਿਆ ਦੀ ਇਹ ਲਿਸਟ ਤਿਆਰ ਕਰ ਰਿਆ ਸੀਸ ਮੰਗ ਰਿਆ ਇਹੋ ਜਿਹੀ ਗੱਲਾਂ ਨੈਗੇਟਿਵ ਗੱਲਾਂ ਪਾਉਣੀਆਂ ਸ਼ੁਰੂ ਕਰਦੇ ਤੇ ਜਦੋਂ ਕਿ ਸੀਸ ਭੇਡ ਕਰਨਾ ਸਾਡੇ ਗੁਰੂ ਦਾ ਇੱਕ ਇੱਕ ਮਰਿਆਦਾ ਆ ਵੀ ਅਸੀਂ ਆਪਣਾ ਜਿਹੜਾ ਸੀਸ ਹੈ ਗੁਰੂ ਅਗੇ ਭੇਟ ਕੀਤਾ ਹੋਇਆ ਭਾਈ ਸਭ ਗੱਲ ਇਦਾਂ ਭਈ ਜਦੋਂ ਨਾ ਇਹ ਚੀਜ਼ ਬਣੀ ਤਾਂ ਉਹਦਾ ਅਸਰ ਚੰਗਾ ਹੋਇਆ ਰਿਜ਼ਲਟ ਦੇਖਦੇ ਆਂ ਰਿਜ਼ਲਟ ਮਿਲਿਆ ਜਦੋਂ ਅਮਰਤ ਸ਼ਕ ਲਿਆ ਤੇ ਮੀਂਹ ਪੈਦੇ ਵਿੱਚ ਵੀ ਨੇਰੀਆਂ ਬੰਨ ਛੱਡੀਆਂ ਹਨਾ ਅਗਲੀ ਗੱਲ ਤੇ ਆ ਜਾਈਏ ਪਹਿਲਾ ਪਹਿਲੇ ਪਹਿਲੀ ਕਸਵੱਟੀ ਅਮਰਤ ਸ਼ਕਾ ਕੇ ਗੁਰੂ ਨਾਲ ਜੋੜ ਕੇ ਅਮਰਤਪਾਲ ਸਿੰਘ ਮੈਨੂੰ ਇਹ ਦੱਸੋ ਵੀ ਕੀ ਪਾਪ ਕਰ ਰਿਹਾ ਵੀ ਗੁਰੂ ਨਾ ਅਮਰਤ ਛਕਾਤਾ ਗੁਰੂ ਵਾਲੇ ਬਣਾਤਾ ਜਿਹੜੇ ਜਿਹੜੇ ਬੰਦੇ ਨੇ ਮੁਸਲਮਾਨਾਂ ਦੇ ਨੇ ਅਮਰ ਛਕਿਆ ਉਹਨੇ ਇਹ ਕਹਿ ਆ ਵੀ ਮੈਂ ਨਸ਼ਈ ਸੀ ਉਹਦੀਆਂ ਵੀਡੀਓ ਆ ਜੇ ਉਹਨਾਂ ਨੂੰ ਅਮਰਤ ਛਕਾ ਗਿਆ ਕਿੰਨੀ ਵੱਡੀ ਕਲਾ ਵਰਤੀ ਪਹਿਲੀ ਗੱਲ ਦੂਜੀ ਗੱਲ ਅਮਰਤਪਾਲ ਸਿੰਘ ਮੈਂ ਕੋਈ ਡੇਰਾ ਬਣਾਇਆ ਵੀ ਪਹਿਲਾਂ ਮਤਲਬ ਉਹਨੇ ਡੇਰਾ ਬਣਾ ਕੇ ਤੇ ਉਹਨੇ ਕਰਾ ਕੇ ਕੀਤਾ ਦੂਜੀ ਗੱਲ ਮੇਰੇ ਸਾਹਨੇ ਇੱਕ ਪੱਤਰਕਾਰ ਵੀਰ ਨੇ ਪੁੱਛਿਆ ਵੀ ਅਮਰਤਪਾਲ ਜੀ ਤੁਹਾਡਾ ਡੇਰਾ ਕਿੱਥੇ ਹੈ ਉਹ ਕਹਿੰਦਾ ਡਾਂਗ ਤੇ ਡੇਰਾ ਹੋਊ ਹਾਂ ਪਰ ਡਾਂਗ ਤੇ ਡਾਂਗਾ ਡਾਂਗ ਤੇ ਹੋਣਾ ਜਦੋਂ ਨਹੀਂ ਇੱਕ ਅਮਰਤਪਾਲ ਵਿੱਚ ਇੱਕ ਬੜਾ ਵੱਡਾ ਵਧੀਆ ਗੋਣਾ ਜੋ ਸਾਡੇ ਵਿੱਚ ਨਹੀਂ ਹੈ ਅਮਰਤਪਾਲ ਹਾਜ਼ਰ ਜਵਾਬ ਇੱਕ ਸਵਾਲ ਦੇ ਚਾਰ ਜਵਾਬ ਦਿੰਦਾ ਇੱਕ ਹੁੰਦਾ ਸਵਾਲ ਤੇ ਸਵਾਲ ਕਰਨਾ ਸਵਾਲ ਤੇ ਸਵਾਲ ਕਰਨਾ ਉਹ ਚਾਰ ਸਵਾਲਾਂ ਵਿੱਚ ਇੱਕ ਤੇ ਚਾਰ ਕਰ ਦਿੰਦਾ ਅਗਲੇ ਉਹ ਉਹਦੇ ਬਾਅਦ ਦੀ ਗੱਲ ਅਗਲੀ ਸੁਣ ਲੋ ਹਣਾ ਅੱਗੇ ਕੀ ਹੋਣਾ ਵੀ ਤੁਹਾਨੂੰ ਦੱਸਦਾ ਵੀ ਦੂਜੀ ਗੱਲ ਨਸ਼ੇ ਛਡਾ ਤੇ ਉਹ ਨਸ਼ਿਆਂ ਤੇ ਵੀ ਨਸ਼ੇ ਛੱਡੋ ਠੀਕ ਹੈ ਅਮਰਤ ਗੁਰੂ ਨਾਲ ਜੋੜ ਲਿਆ ਪਾਣੀ ਦੀ ਗੱਲ ਕਰਦਾ ਧਰਤੀ ਦੀ ਗੱਲ ਕਰਦਾ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਗੱਲ ਕਰਦਾ ਨਸ਼ਲ ਕੁਸ਼ੀ ਦੀ ਗੱਲ ਕਰਦਾ ਤੇ ਭਾਈ ਉਹਦਾ ਸੱਚ ਗੱਲ ਕਰ ਰਿਹਾ ਜੇ ਸੱਚ ਗੱਲ ਕਰਨੀ ਤੁਹਾਨੂੰ ਇੰਨੀ ਚੁਬਦੀ ਆ ਵੀ ਸੱਚ ਗੱਲ ਫਿਰ ਤੁਸੀਂ ਦੇਖੋ ਵੀ ਭਮੱਕੜ ਕਿਵੇਂ ਨਿਕਲੇ ਉਹ ਬਕਰਪੜਾ ਸਾਡਿਆਂ ਦੇ ਨਿਕਲ ਗਏ ਜਿਹੜੇ ਬੰਦੇ ਵਾਜੇ ਵਜਾ ਕੇ ਪੈਸੇ ਇਕੱਠੇ ਕਰਦੇ ਸੀ ਜੋ ਕੋਈ ਲੱਗਣੇ ਮੈਂ ਨਾ ਦੇਖਿਆ ਇੱਕ ਇੱਕ ਢਾਡੀ ਸੀਗਾ ਇੱਕ ਬਾਬਾ ਉਹ ਲੱਗੇ ਕੋਈ ਸੀ ਜਦੋਂ ਇਹਨਾਂ ਨੂੰ ਦੇਖਣਾ ਯਾਰ ਬੜੀ ਗੱਲ ਕਰਦੇ ਆ ਗੁਰੂ ਬੜਾ ਯਾਰੇ ਇਹ ਕੁਝ ਕਰ ਸਕਦੇ ਆ ਜਿੱਦਣ ਆਏ ਕਹਿੰਦੇ ਹੁੰਦੇ ਨਾ ਵੀ ਇਹਨਾਂ ਨੂੰ ਐ ਲੱਗਿਆ ਵੀ ਸਾਡੀ ਜਗ੍ਹਾ ਲੈ ਲੂ ਸਪੇਸ ਜਦੋਂ ਇਹਨਾਂ ਨੇ ਬੋਲਿਆ ਫਿਰ ਜਦੋਂ ਸੰਗਤ ਨੇ ਖੜਕੈਂਤੀ ਕਰਤੀ ਉਸ ਤੋਂ ਬਾਅਦ ਅਗਲੇ ਦਿਨ ਨਹੀਂ ਜੀ ਮੈਂ ਤਾਂ ਐ ਕਿਹਾ ਸੀ ਮੈਂ ਐ ਕਿਹਾ ਸੀ ਗੱਲ ਇਦਾਂ ਹੀ ਐ ਉਹ ਵਕੜਪੜਾ ਸਾਡਿਆਂ ਦੇ ਨਿਕਲ ਗਏ ਜਿਹੜੇ ਬੰਦੇ ਵਾਜੇ ਵਜਾ ਕੇ ਪੈਸੇ ਇਕੱਠੇ ਕਰਦੇ ਸੀ ਜੋ ਕੋਈ ਲੱਗਣੇ ਮੈਂ ਨਾ ਦੇਖਿਆ ਇੱਕ ਇੱਕ ਢਾਡੀ ਸੀਗਾ ਇੱਕ ਬਾਬਾ ਉਹ ਲੱਗੇ ਕੋਈ ਸੀ ਜਦੋਂ ਇਹਨਾਂ ਨੂੰ ਦੇਖਣਾ ਯਾਰ ਬੜੀ ਗੱਲ ਕਰਦੇ ਆ ਗੁਰੂ ਬੜਾ ਯਾਰੇ ਇਹ ਕੁਝ ਕਰ ਸਕਦੇ ਆ ਜਿੱਦਣ ਆਏ ਕਹਿੰਦੇ ਹੁੰਦੇ ਨਾ ਵੀ ਇਹਨਾਂ ਨੂੰ ਐ ਲੱਗਿਆ ਵੀ ਸਾਡੀ ਜਗ੍ਹਾ ਲੈ ਲਉ ਸਪੇਸ ਜਦੋਂ ਇਹਨਾਂ ਨੇ ਬੋਲਿਆ ਫਿਰ ਜਦੋਂ ਸੰਗਤ ਨੇ ਖੜਕੈਂਤੀ ਕਰਤੀ ਉਸ ਤੋਂ ਬਾਅਦ ਅਗਲੇ ਦਿਨ ਨਹੀਂ ਜੀ ਮੈਂ ਤਾਂ ਐ ਕਿਹਾ ਸੀ ਮੈਂ ਐ ਕਿਹਾ ਸੀ ਗੱਲ ਇਦਾਂ ਹੀ ਐ